ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਲੋਹੜੀ ਦੀ ਬਹੁਤ ਬਹੁਤ ਵਧਾਈਆਂ। ਸੋ ਆਜ ਹੈ ਪ੍ਰਭਾਤ ਫੇਰੀ ਕਾ ਆਖਰੀ ਦਿਨ, ਜਿਸਮੇਂ ਪ੍ਰਭਾਤ ਫੇਰੀ ਜਾਣੇ ਵਾਲੀ ਹੈ ਪੰਜਾਬੀ ਕਲੋਨੀ। ਤੋ ਅੱਜ ਮੈਂ ਜਾਊਂਗਾ, ਇੱਕਦਮ ਆਖਰੀ ਦਿਨ ਮੈਂ ਜਾ ਰਿਹਾ। ਭੈਣ ਤੋਂ ਹਰ ਦਿਨ ਗਈ ਹੈ, ਲੇਕਿਨ ਮੈਂ ਜਾ ਰਹਾ ਹੂੰ ਆਖਰੀ ਦਿਨ ਪੰਜਾਬੀ ਕਲੋਨੀ, ਆਖਰੀ ਪ੍ਰਭਾਤ ਫੇਰੀ ਮੈਂ। ਅਭੀ ਚਲਤਾ ਹੂੰ ਨੀਚੇ, ਦਰਬਾਰ ਮੇਂ ਪਾਠ ਵੀ ਸ਼ੁਰੂ ਹੋ ਚੁਕਾ ਹੈ। ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਨੋਕੀਆ ਚਲਾਉਂਦਾ। ਬੋਲਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਿਨੇ ਤਾਪ ਨਿਵਾਰਣ ਹਾਰਾ ਦੁੱਖ ਨਿਤਾ ਸੁਖਰਾ, ਤਾਕੋ ਵਿਘਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਕੋ ਓਂਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ, ਫਿਰੰਗਤ ਗੁਰਤੀ ਅਮਰਦਾਸ ਰਾਮਦਾਸ ਹੋਏ ਸਹਾਏ। ਹਰ ਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ, ਜਿਸ ਜਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰ ਨਾਲੇ ਕਿੰਨਾ ਦੇਖਦੇ ਪਕੜੇ ਰੱਖ ਮੈਨੂੰ ਪਤਾ ਖਤਮ ਹੋ ਗਈ। ਤੇਰਾ
लेकर आया हूँ। पीछे पूरी धुंध हो चुकी है, अभी तक धुंध हटी नहीं है, फॉग। ये देखिए गाइस, पूरी धुंध हो के रखी है। अभी तुम्हारे 8:35 हो रहे हैं लेकिन अभी तक फॉग है। और सुबह को प्रभात फेरी गए थे, उधर तो बहुत ज़्यादा ही थी फॉग। सो गाइस, अभी बज रहे 3:30 और अभी मैं उठ चुका हूँ सोकर। तो मैं सोया था 9 बजे और अभी बज रहे 3:30, बहुत देरी सोया हूँ। तो अभी मैं जाऊँगा नीचे क्योंकि दोपहर का खाना नहीं खाया है, तो भूख लग रही है। ऐसे सुबह को पूरी 3 बजे उठ गया था मैं, तो तब से कुछ खाया खोया नहीं अच्छे से, तो इसलिए। और सुबह का भी खाना नहीं खाया है इसलिए भूख लगी है, जाकर खाना खाते हैं। और फाइनली धूप भी लग चुकी है, बहुत बढ़िया धूप लगी है अभी। लोड़ी जलाई जाएगी, तैयारी हो चुकी है।
ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਮਰਨ ਪ੍ਰਥਮ ਗੁਰੂ ਸਿਮਰਤ ਹੈ ਗੁਰੂ ਨਾਨਕ ਦੇਵ ਜੀ ਆਏ ਸਰੰਗਤ ਵਿੱਚ ਤੇ ਅਰਦਾਸ ਹੈ ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ ਸਤਿਗੁਰ ਜੀ ਲੋੜੇ ਜਗਾਈ ਆ ਸਭ ਨੂੰ ਆਪਣੇ ਆਰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਸਤਿਗੁਰ ਜੀ ਸਭਨਾ ਦੀਆਂ ਝੋਲੇ ਆਪ ਭਰਨੀਆਂ ਸਭਨਾ ਦੇਖ ਜਾਣੇ ਆਪ ਭਰਪੂਰ ਕਰਨੇ ਜੀ ਆਪ ਕਿਰਪਾ ਰਹਿਮਤ ਬਖਸ਼ਿਸ਼ ਕਰਨੀ ਸਤਿਗੁਰ ਸਭਨਾ ਦੇ ਆਪਣਾ ਬਖਸ਼ਿਸ਼ ਭਰਿਆ ਮਿਹਰ ਪ੍ਰਭਾ ਸਤਿਗੁਰ ਜੀ ਅਰਦਾਸ ਬੇਨਤੀ ਸਭਨਾ ਦੀ ਪ੍ਰਮਾਣ ਕਰਨੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਮਨੇ ਸਦਾ।